ਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਪੱਟੀ ਤੋਂ ਨਵੀਆਂ 28 ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਬਿਹੱਦ ਖੁਸ਼ੀ ਕਹਿੰਦੇ ਮਹਿਸੂਸ ਹੋ ਰਹੀ ਹੈ ਕਿ ਪੱਟੀ ਹਲਕਾ ਵਾਸੀਆਂ ਦੀ ਚਿਰਕੂਣੀ ਮੰਗ ਨੂੰ ਪੂਰੀ ਹੋਈ ਹੈ ਜਿਉਂਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਰੋਡਵੇਜ਼ ਪੱਟੀ ਡੀਪੂ ਦੇ ਬੰਦ ਪਏ 18 ਰੂਟਾਂ ਤੇ ਨਵੀਆਂ ਬੱਸਾਂ ਚਲਾਈਆਂ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲਾਲਜੀਤ ਪੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਨੇ ਸਥਾਨਕ ਸ਼ਹੀਦ ਸੋਹਣ ਲਾਲ ਪਾਠਕ ਬੱਸ ਸਟੈਂਡ ਵਿਖੇ ਪੂਰੇ ਪੰਜਾਬ ਲਈ 28 ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਉਪਰੰਤ ਸ਼ਹਿਰ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵੱਡੀ ਰਾਹਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਵਸੂਲੀ ਜਾ ਰਹੀ ਫੀਸ ਨੂੰ ਬਿਨਾ ਪ੍ਰੀਖਿਆ ਹੀ ਵਸੂਲ ਕਰ ਲਿਆ ਗਿਆ 2021-20 ਦੇ ਸਰਟੀਫਿਕੇਟ ਜਾਰੀ ਕਰਨ ਲਈ ਬੋਰਡ ਨੇ 300 ਰੁਪਏ ਫੀਸ ਲਈ ਸੀ ਪਰ ਇਹ ਵਧਾ ਕੇ 800 ਰੁਪਏ ਕਰ ਦਿੱਤੀ ਬੱਚਿਆਂ ਤੇ ਮਾਪਿਆਂ ਵੱਲੋਂ ਬੋਰਡ ਵੱਲੋਂ ਵਧਾਈ ਫੀਸਾਂ ਦਾ ਸਖਤ ਵਿਰੋਧ ਕੀਤਾ ਇਸ ਦੌਰਾਨ ਜ਼ਿਆਦਾਤਰ ਵਿਦਿਆਰਥੀਆਂ ਨੇ ਸਰਟੀਫਿਕੇਟ ਲੈਣ ਦੇ ਲਈ 800 ਰੁਪਏ ਹਿਸਾਬ ਨਾਲ ਫੀਸ ਜਮ੍ਹਾਂ ਕਰਵਾਈਆਂ ਸੈਂਕੜੇ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਦੇ ਮਾਪੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਇਹ ਫੀਸ ਅਦਾ ਕਰਨ ਤੋਂ ਅਸਮਰੱਥ ਹਨ ਜਦੋਂ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਰੋਲਾ ਪਾਉਣਾ ਸ਼ੁਰੂ ਕੀਤਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਜਿਨ੍ਹਾਂ ਨੇ ਤੁਰੰਤ ਸਿੱਖਿਆ ਮੰਤਰੀ ਮੀਤ ਹੇਰ ਨਾਲ ਗੱਲ ਕਰਕੇ ਵਿਦਿਆਰਥੀਆਂ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਹੋਏ ਬੋਰਡ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਸਖਤ ਸੈਂਡ ਲਿਆ ਤੇ ਕਾਂਗਰਸ ਸਰਕਾਰ ਵੱਲੇ ਸ਼ੁਰੂ ਹੋਈ 800 ਰੁਪਏ ਦੀ ਬਜਾਏ ਸਿਰਫ 100 ਰੁਪਏ ਫੀਸ ਜਮ੍ਹਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਪੰਜਾਬ ਕਾਂਗਰਸ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਰਵਨੀਤ ਬਿੱਟੂ ਦਾ ਵੱਡਾ ਬਿਆਨ ਕਾਂਗਰਸ ਆਈ ਕਮਾਂਡ ਵੱਲੋਂ ਸੂਬੇ ਨੂੰ ਨਵਾਂ ਪ੍ਰਧਾਨ ਦਾ ਐਲਾਨ ਨਹੀਂ ਕੀਤਾ ਗਿਆ ਪਰ ਇਸ ਐਲਾਨ ਤੋਂ ਪਹਿਲਾਂ ਕਾਂਗਰਸ ਦੇ ਐਮਪੀ ਤੇ ਸੀਨੀਅਰ ਆਗੂ ਰਵਨੀਤ ਬਿੱਟੂ ਦੇ ਵੱਲੋਂ ਵੱਡਾ ਬਿਆਨ ਸਾਹਮਣੇ ਆਇਆ ਬਿੱਟੂ ਨੇ ਕਿਹਾ ਕਿ ਪਾਰਟੀ ਨੂੰ ਪ੍ਰਾਣੀਆਂ ਅਤੇ ਤਜਰਬੇਕਾਰ ਨੇਤਾਵਾਂ ਨੂੰ ਸੂਬਿਆਂ ਦੀ ਕਮਾਂਡ ਸੌਂਪੀ ਜਾਣੀ ਚਾਹੀਦੀ ਹੈ ਅਜਿਹੇ ਆਗੂ ਨੂੰ ਨਿਯੁਕਤ ਕੀਤਾ ਜਾਵੇ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕੇ ਇਸ ਦੇ ਨਾਲ ਬਿੱਟੂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਅਹੁਦੇ ਦੀ ਦੌੜ ਵਿੱਚ ਨਹੀਂ ਹਨ ਦੂਜੇ ਪਾਸੇ ਪਾਰਟੀ ਹਾਈ ਕਮਾਂਡ ਪ੍ਰਧਾਨ ਨੂੰ ਲੈ ਕੇ ਨਵਜੋਤ ਸਿੱਧੂ ਦੀ ਤਾਕਤ ਦੇ ਪ੍ਰਦਰਸ਼ਨ ਤੇ ਨજર ਰੱਖ ਰਹੀ ਹੈ ਪਾਰਟੀ ਨੇ ਤਿੰਨ ਵਿਧਾਇਕ ਵਿਰੋਧੀ ਧਿਰ ਦੇ ਨੇਤਾ ਤੇ ਸੂਬਾ ਵਰਦਾਨ ਦੀ ਦੌੜ ਵਿੱਚ ਹਨ ਜਿਨ੍ਹਾਂ ਜੋ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਦਾਵਾ ਤੇ ਪ੍ਰਗਟ ਸਿੰਘ ਸ਼ਾਮਲ ਨੇ ਕਾਂਗਰਸ ਦੇ ਸੀਨੀਅਰ ਆਗੂ ਨੂੰ ਗੈਂਗਸਟਰ ਨੇ ਫੋਨ ਕਰਕੇ ਦਿੱਤੀ ਜਾਨੋਂ ਮਾਰਨ ਦੀ ਧਮਕੀ ਮੋਗਾ ਦੇ ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਤਖਤੂਪੂਰਾ ਦੇ بیٹے ਐਡਵੋਕੇਟ ਪਰਮਪਾਲ ਸਿੰਘ ਜੋ ਕਿ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਹਨ ਨੂੰ ਗੈਂਗਸਟਰਾਂ ਵੱਲੋਂ ਫਰौती ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਜੀ ਪੁਲਿਸ ਮੁਖੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿੱਚ ਜਗਰੂਪ ਸਿੰਘ ਨਿਵਾਸੀ ਫਰੂਜ਼ਪੁਰ ਰੋਡ ਮੋਗਾ ਨੇ ਕਿਹਾ ਕਿ ਬੀਤੀ 11 ਜਨਵਰੀ ਨੂੰ ਮੇਰੇ بیٹے ਪਰਮਪਾਲ ਦੇ ਮੋਬਾਈਲ ਤੇ ਕਿਸੇ ਅਣਪਛਾਤੇ ਵਿਅਕਤੀ ਨੇ ਧਮਕੀ ਦਿੱਤੀ ਕਿ ਆਪਣੇ ਆਪ ਨੂੰ ਗੈਂਗਸਟਰ ਦੱਸਿਆ ਤੇ ਫਰौती ਮੰਗੀ ਫਰौती ਨਾ ਦੇਣ ਦੀ ਸੂਰਤ ਵਿੱਚ ਜਾਨੂ ਮਾਰਨ ਦੀ ਧਮਕੀ ਦਿੱਤੀ ਦੋਸਤੋ ਤੁਹਾਨੂੰ ਕੀ ਲੱਗਦਾ ਕਾਂਗਰਸੀ ਆਗੂਆਂ ਨੂੰ ਵਾਕਈ ਹੀ ਗੈਂਗਸਟਰਾਂ ਦੇ ਫੋਨ ਆ ਸਕਦੇ ਨੇ ਜਾਂ ਨਹੀਂ ਕਮੈਂਟ ਸੈਕਸ਼ਨ ਚ ਯਸ ਜਾਂ ਨੋ ਜ਼ਰੂਰ ਲਿਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਵੱਡਾ ਫੈਸਲਾ ਪੰਜਾਬ ਚ ਹੋਏਗਾ ਗੈਂਗਸਟਰਾਂ ਦਾ ਖਾਤਮਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਜੀ ਉਹਨਾਂ ਨੇ ਗੈਂਗਸਟਰਾਂ ਦੇ ਖਿਲਾਫ ਸਿਕੰਜਾ ਕੱਸਣ ਦਾ ਐਲਾਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਾਂ ਖਿਲਾਫ ਸਖਤੀ ਦੇ ਹੁਕਮ ਦਿੱਤੇ ਨੇ ਪੰਜਾਬ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਣਾਉਣ ਦਾ ਫੈਸਲਾ ਕੀਤਾ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਟਾਸਕ ਫੋਰਸ ਦੀ ਅਗਵਾਈ ਕਰਨਗੇ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਅਪਰਾਧੀਆਂ ਨੂੰ ਸਹਾਰਾ ਦਿੰਦੀਆਂ ਸਨ ਪੰਜਾਬ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਲਈ ਐਮ ਫੈਸਲੇ ਲਏ ਨੇ ਪੰਜਾਬ ਸਰਕਾਰ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਵੇਗੀ ਇਹ ਟਾਸਕ ਫੋਰਸ ਕੇਂਦਰ ਸਰਕਾਰ ਦੀਆਂ ਫੋਰਸਾਂ ਦੇ ਬਰਾਬਰ ਦੀ ਹੋਵੇਗੀ ਅਧਿਕਾਰ ਖੇਤਰ ਰਾਜ ਪੱਧਰ ਦਾ ਹੋਵੇਗਾ ਤੇ ਇਸ ਦੀ ਅਗਵਾਈ ਏ ਡੀ ਜੀ ਪੀ ਰੈਂਕ ਦੇ ਅਧਿਕਾਰੀ ਕਰਨਗੇ ਹਰ ਜ਼ਿਲ੍ਹੇ ਦੇ ਵਿੱਚ ਐਸ ਪੀ ਅਤੇ ਕਮਿਸ਼ਨਰ ਪੁਲਿਸ ਇਸ ਫੋਰਸ ਨਾਲ ਤਾਲਮਿਲ ਕਰਕੇ ਕਾਰਵਾਈ ਕਰਨਗੇ ਅਧਿਆਪਕਾਂ ਖਿਲਾਫ ਕਾਰਵਾਈ ਤੇ ਸੁਭਾਸ਼ ਸ਼ਰਮਾ ਦਾ ਨਿਸ਼ਾਨਾ ਪੱਗ ਭਗਤ ਸਿੰਘ ਵਾਲੀ ਤੇ ਕੰਮ ਅੰਗਰੇਜ਼ਾਂ ਵਾਲੇ ਬਰਨਾਲ ਦੇ ਵਿੱਚ ਪ੍ਰਦਰਸ਼ਨ ਕਾਰਿਆ ਅਧਿਆਪਕਾਂ ਤੇ ਅਨੁਸ਼ਾਸਨੀ ਕਾਰਵਾਈ ਦੇ ਹੁਕਮ ਤੇ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਿਆ ਭਾਜਪੀ ਨੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਤੰਜ ਕੱਸਿਆ ਤੇ ਕਿਹਾ ਕਿ ਪੱਗ ਭਗਤ ਸਿੰਘ ਵਾਲੀ ਤੇ ਕੰਮ ਅੰਗਰੇਜ਼ਾਂ ਵਾਲੇ ਆਪ ਸਰਕਾਰ ਨੇ ਸਿੱਖਿਆ ਮੰਤਰੀ ਦੇ ਘਰ ਬਾਹਰ ਤਰਨਾ ਦੇਣ ਵਾਲੇ ਅਧਿਆਪਕਾਂ ਦੇ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਨੇ ਭਗਤ ਸਿੰਘ ਵਾਲੀ ਕੰਮ ਪੱਗ ਤੇ ਕੰਮ ਅੰਗਰੇਜ਼ਾਂ ਵਾਲੇ ਹਨ ਬੱਲੇ ਹੋਏ ਭਗਵੰਤ ਮਾਨ ਸਾਹਿਬ ਹੈਟ ਹੀ ਪਾ ਲੋ ਹੁਣ ਤਾਂ ਮਾਨ ਸਰਕਾਰ ਦੀ ਨਵੀਂ ਤਕਰੀਬ ਬਾੜੀ ਮਗਰੋਂ ਵੇਲੇ ਟਰੈਕਟਰ ਟੂ ਅਟਵਾਈ ਲਈ ਵਰਤ ਸਕਣਗੇ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਤਮਾਪਤੀ ਪਾਰਟੀ ਦੀ ਸਰਕਾਰ ਨੇ ਕਿਸਾਨ ਪੱਕੀ ਫੈਸਲੇ ਲੈਣ ਦੇ ਵਿੱਚ ਲੱਗੀ ਆ ਹਾੜੀ ਦੇ ਖਰੀਦ ਸੌਜਨ ਸੀਜ਼ਨ ਦੇ ਲਈ ਕਿਸਾਨਾਂ ਦੇ ਹੱਕ ਵਿੱਚ ਨਵੀਂ ਪਲੈਨਿੰਗ ਕਰ ਰਹੀ ਹੈ ਜੀ ਫਸਲ ਦੀ ਬਾੜੀ ਤੋਂ ਮਗਰੋਂ ਵੇਲੇ ਹੋ ਚੁੱਕੇ ਖੇਤੀ ਟਰੈਕਟਰਾਂ ਨੂੰ ਕਿਸਾਨ ਖਰੀਦ ਕੇਂਦਰਾਂ ਤੋਂ ਅਨਾਜ ਦੀ ਟੁਆ ਟੁਆ ਲਈ ਆਪਣੇ ਡਰੈਕਟ ਟਰਾਲੀ ਦੀ ਵਰਤੋਂ ਕਰ ਸਕਣਗੇ 1 ਨਾਲ 1 ਧਨ ਕਿਸਾਨਾਂ ਦੀ ਵਾਧੂ ਆਮਦਨ ਹੋ ਜਾਵੇਗੀ ਇੱਕ ਦੂਜਾ ਇੱਕਦਮ ਫਸਲ ਅਤੇ ਮੰਡੀਆਂ ਦੇ ਵਿੱਚ ਆਉਣ ਨਾਲ ਚੁਕਾਈ ਦਾ ਕੰਮ ਤੇਜ਼ ਹੋ ਜਾਵੇਗਾ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਹਦਾਇਤਾਂ ਦੇ ਪ੍ਰਕਿਰਿਆ ਤਿਆਰ ਕਰਨ ਲਈ ਕਿਹਾ ਹੈ ਚਾਵਣ ਕਿਸਾਨ ਆਪਣੀ ਫਸਲ ਦੀ ਵੇਚ ਵਟਤ ਮਗਰੋਂ ਖਰੀਦ ਕੇਂਦਰਾਂ ਤੋਂ ਗੋਦਾਮਾਂ ਪਲਾਂਥਾਂ ਚੌਲ ਮੇਲਾ ਤੱਕ ਅਨਾਸ ਦੀ ਟੁਆਟਵਾਈ ਲਈ ਆਪਣੇ ਖੇਤੀ ਟਰੈਕਟਰ ਇਸਤੇਮਾਲ ਕਰ ਸਕਣਗੇ। ਸੁਨੀਲ ਜਾਖੜ ਦਾ ਵੱਡਾ ਬਿਆਨ ਚੰਡੀਗੜ੍ਹ ਨਾ ਪੰਜਾਬ ਦਾ ਰਹਾ ਨਾ ਹਰਿਆਣਾ ਦਾ ਪੰਜਾਬ ਨੂੰ ਦੇਣ ਦਾ ਮੁੱਦਾ ਪੱਖ ਦਾ ਜਾ ਰਿਹਾ ਜੀ। ਸੁਨੀਲ ਜਾਖੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੰਡੀਗੜ੍ਹ ਨਾ ਤਾਂ ਪੰਜਾਬ ਦਾ ਰਹਾ ਨਾ ਹਰਿਆਣਾ ਦਾ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਲੈ ਕੇ ਪੱਜ ਜਾਣਾ ਹੈ ਤੇ ਚੰਡੀਗੜ੍ਹ ਦੇਸ਼ ਦਾ ਹੈ ਕੇਂਦਰ ਸਰਕਾਰ ਹਰਿਆਣਾ ਤੇ ਪੰਜਾਬ ਦੀ ਲੜਾਈ ਦਾ ਫਾਇਦਾ ਉਠਾਉਣਾ ਚੁੱਕਣਾ ਚਾਹੁੰਦੀ ਐ ਸਕੇਂਦਰ ਸਰਵਸ ਰੂਲ ਤੇ ਕਿਸੇ ਨੇ ਮੰਗ ਕੀਤੀ ਕਿ ਜੋ ਇਹ ਪੂਰੀ ਕਰ ਰਹੇ ਹਨ ਇਹ ਲੋਕ ਇੰਨੇ ਦਿਆਲੂ ਕਿਵੇਂ ਹੋਗੇ ਕਿਸਾਨ ਅੰਦੋਲਨ ਚ ਹਰਿਆਣਾ ਦਾ ਭਾਈਚਾਰਾ ਨਜ਼ਰ ਆਇਆ ਸੀ ਉਹ ਇਸ ਲੜਾਈ ਦਾ ਫੈੜਾ ਉਠਾਉਣਾ ਚਾਹੁੰਦੇ ਹਨ ਤੇ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਸਾਨ ਅੰਦੋਲਨ ਫਿਰ ਟੁੱਟ ਰਿਹਾ ਤੇ ਇਹ ਲੋਕਾਂ ਦੇ ਫਿਰ ਤੋਂ ਦੋ ਰਾਜਾਂ ਦੇ ਵਿਚਕਾਰ ਅੱਗ ਲਾ ਦਿੱਤੀ ਹੈ ਰਵਨੀਤ ਬਿੱਟੂ ਨੇ ਹਰ ਸਿਮਰਤ ਕੌਰ ਬਾਦਲ ਦੇ ਖਿਲਾਫ ਬੋਲਦਿਆਂ ਦਿੱਤਾ ਸੁਝਾ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਅੱਜ ਹਰ ਸਿਮਰਤ ਕੌਰ ਬਾਦਲ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਹਰ ਵਾਰ ਪਾਰਲੀਮੈਂਟ ਦੇ ਵਿੱਚ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜੂਵਾਲਾ ਨੂੰ ਬਾਹਰ ਕੱਢਣ ਦੀ ਮੰਗ ਕਰਦੀ ਹੈ ਬਿੱਟੂ ਨੇ ਬੀਬੀ ਬਾਦਲ ਨੂੰ ਕਿਹਾ ਜੇਕਰ ਤੁਹਾਨੂੰ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰਾਂ ਦਾ ਇੰਨਾ ਹੀ ਦੋਖਾ ਤਾਂ ਰਾਜੂਵਾਲਾ ਨੂੰ ਸ਼੍ਰੋਮ ਨਿਕਾਲੀ ਦਲ ਦਾ ਪ੍ਰਧਾਨ ਹੀ ਨਿਯੁਕਤ ਕਰ ਦਿਓ ਰਾਮਨਾਲ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣਗੇ ਤੇ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣਗੇ ਜਿੱਥੇ ਮਾਂ ਸਫਾਈ ਕਰਮਚਾਰੀ ਉੱਥੇ ਚੀਫ ਗੈਸਟ ਬਣ ਕੇ ਪਹੁੰਚੇ ਐਮਐਲਏ ਉਗੋ ਕੇ ਖੁਦ ਵੀ ਸਕੂਲ ਚੋਂ ਚੁੱਕੇ ਝਾੜੂ ਆ ਪੰਜਾਬ ਚੋਂ ਆਮ ਆਦਮੀ ਪਾਰਟੀ ਦੇ ਉਦਾਇਕ ਲਾਲ ਸਿੰਘ ਉਗੋ ਕੇ ਮੋੜ ਚਰਚਾ ਤੁਹਾਨੂੰ ਉਹਨਾਂ ਦੀ ਮਾਂ ਬਲਦੇਵਕੌਰ ਜਿਸ ਸਰਕਾਰੀ ਸਕੂਲ ਦੇ ਵਿੱਚ ਸਫਾਈ ਕਰਮਚਾਰੀ ਹੈ ਉੱਥੇ ਉਗੋ ਕੇ ਮੁੱਖ ਮਹਿਮਾਨ ਬਣ ਕੇ ਪਹੁੰਚੇ ਹਨ ਉਗੋ ਕੇ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹੇ ਨੇ ਤੇ ਉੱਥੇ ਉਹਨਾਂ ਦੀ ਮਾਂ ਕੱਚੇ ਮੁਲਾਜ਼ਮਾਂ ਵੱਲੋਂ ਕੰਮ ਕਰਦੀ ਹੈ ਖੁਦ ਉਗੋ ਕੇ ਵੀ ਛੋਟੀ ਹੁੰਦੇ ਮਾਂ ਦੀ ਮਦਦ ਲਈ ਇੱਥੋਂ ਝਾੜੂ ਲਾ ਚੁੱਕੇ ਹਨ ਸਕੂਲ ਵੱਲੋਂ ਪ੍ਰੋਗਰਾਮ ਚ ਉਨ੍ਹਾਂ ਨੂੰ ਸਰਦਾ ਦਿੱਤਾ ਗਿਆ ਦੱਸਦੀ ਹੈ ਕਿ ਉਹ ਗੋਗੇ ਨੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਪਦੌੜ ਹਲਕੇ ਤੋਂ ਕਰਾਰੀ ਹਾਰ ਦਿੱਤੀ ਹੈ ਕਿਸਾਨਾਂ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ ਫਸਲ ਦੀ ਖਰੀਦ ਦੇ 24 ਘੰਟੇ 'ਚ ਅਦਾਇਗੀ ਸਮੇਤ ਕੀਤੇ ਵਾਅਦੇ ਫਸਲ ਦੀ ਖਰੀਦ ਦੇ 24 ਘੰਟੇ ਵਿੱਚ ਮਿਲੇਗੀ ਫਸਲ ਦੀ ਅਦਾਇਗੀ ਮੰਡੀਆਂ ਨੂੰ ਚੰਗੀ ਤਰ੍ਹਾਂ ਤਿਆਰ ਰੱਖਣ ਦੇ ਹੁਕਮ ਬੋਰੀਆਂ ਤੇ ਕੈਸ ਕ੍ਰੈਡਿਟ ਲਿਮਿਟ ਦਾ ਬੰਦੋਬਸਤ ਪੂਰਾ ਅਧਿਕਾਰੀਆਂ ਨੂੰ ਫਸਲ ਖਰੀਦ ਤੇ ਨਜ਼ਰ ਰੱਖਣ ਦੇ ਵੀ ਹੁਕਮ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿੱਟਰ ਹੈਂਡਲ ਤੇ ਹਿੱਟ ਵੀਟ ਕੀਤਾ ਕਿਮ ਜੋਂਗ ਉਨ ਦੀ ਪੈਨ ਨੇ ਦੱਖਣੀ ਕੋਰੀਆ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਦਿੱਤੀ ਧਮਕੀ ਉੱਤਰੀ ਕੋਰੀਆ ਦੇ ਤਾਨਾਸ਼ਾ ਆਗੇਤਾ ਕਿਮ ਜੋਂਗ ਉਨ ਦੀ ਪੈਨ ਕਿਮ ਜੋਂਗ ਯੋਂਗ ਨੇ ਕਿਹਾ ਕਿ ਜੇਕਰ ਦੱਖਣੀ ਕੋਰੀਆ ਇੱਕ ਫੌਜੀ ਟਕਰਾਅ ਸ਼ੁਰੂ ਕਰਦਾ ਤਾਂ ਉਸ ਦਾ ਦੇਸ਼ ਪਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਮਿਯੋ ਯੋਂਗ ਦੇ ਹਵਾਲੇ ਨਾਲ ਦੱਸਿਆ ਕਿ ਜੇਕਰ ਦੱਖਣੀ ਕੋਰੀਆ ਫੌਜੀ ਟਕਰਾਅ ਦੇ ਵਿੱਚ ਸ਼ਾਮਲ ਹੁੰਦਾ ਤਾਂ ਸਾਡੇ ਲੜਾਕੂ ਪਰਮਾਣੂ ਬਲਾਂ ਨੂੰ ਲਾਜ਼ਮੀ ਤੌਰ ਤੇ ਆਪਣੀ ਡਿਊਟੀ ਕਰਨੀ ਪਵੇਗੀ ਪ੍ਰਾਈਵੇਟ ਗੱਡੀਆਂ ਤੇ ਹੂਟਰ ਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ ਭਗਵੰਤ ਮਾਨ ਨੇ ਹੁਕਮ ਕੀਤੇ جاری ਪੰਜਾਬ ਦੇ ਵਿੱਚ ਵੀ ਆਈਪੀ ਕਲਚਰ ਆਮ ਗੱਲ ਹੈ ਲੋਕ ਆਪਣੇ ਆਪ ਨੂੰ ਖਾਸ ਦਿਖਾਉਣ ਦੇ ਲਈ ਆਪਣੀਆਂ ਗੱਡੀਆਂ ਤੇ ਹੂਟਰ ਲਾ ਕੇ ਘੁੰਮਦੇ ਨੇ ਆਏ ਦਿਨ ਬਾਜ਼ਾਰਾਂ ਦੇ ਵਿੱਚ ਹੂਟਰ ਵਜਾਉਂਦੀਆਂ ਸ਼ਿਕਾਇਤਾਂ ਵੀ ਪੰਜਾਬ ਪੁਲਿਸ ਕੋਲ ਆਉਂਦੀਆਂ ਨੇ ਹੁਣ ਸੂਬੇ ਦੇ ਵਿੱਚ ਨਵੀਂ ਬਣੀ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਗੱਡੀਆਂ ਵਿੱਚ ਲਾਗੇ ਹੂਟਰਾਂ ਨੂੰ ਲੈ ਕੇ ਸਖਤ ਹੋ ਗਈਆ ਮਾਨ ਸਰਕਾਰ ਦੇ ਵੱਲੋਂ ਹੂਟਰਾਂ ਖਿਲਾਫ ਕਾਰਵਾਈ ਸ਼ੁਰੂ ਕਰਨ ਲਈ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਇਹਨਾਂ ਗੱਡੀਆਂ ਦੇ ਹੁਣ ਧੜਾ ਧੜ ਚਲਾਨ ਕੱਟੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਨਨ ਮਗਰੋਂ ਡਾਕਟਰਾਂ ਦੇ ਵਿੱਚ ਡਰ ਲਗਾਤਾਰ ਟੜਾਟੜ ਦੇ ਰਹੇ ਨੇ ਅਸਤੀਫੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਡਾਕਟਰਾਂ ਵੱਲੋਂ ਟੜਾਟੜ ਲਗਾਤਾਰ ਅਸਤੀਫੇ ਦਿੱਤੇ ਜਾ ਰਹੇ ਨੇ ਜ਼ਿਆਦਾਤਰ ਉਹੀ ਡਾਕਟਰ ਅਸਤੀਫੇ ਦੇ ਰਹੇ ਨੇ ਜਿਹੜੇ ਨਾਲ ਹੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਇਨ੍ਹਾਂ ਡਾਕਟਰਾਂ ਨੂੰ ਡਰ ਹੈ ਕਿ ਸਰਕਾਰ ਬਦਲਣ ਮਗਰੋਂ ਹੁਣ ਉਹਨਾਂ ਦੀ ਪ੍ਰਾਈਵੇਟ ਪ੍ਰੈਕਟਿਸ ਔਖੀ ਹੋ ਜਾਵੇਗੀ ਨੌਵੇਂ ਪਾਤਸ਼ਾਹ ਦੇ ਪ੍ਰਕਾਸ਼ਪੁਰਬ ਤੇ ਲਾਲ ਕਿਲੇ ਤੇ ਹੋਣਗੇ ਸਮਾਗਮ ਪੀਐਮ ਮੋਦੀ ਜਾਰੀ ਕਰਨਗੇ ਸਿੱਕਾ ਤੇ ਮੋਹਰ ਨਵੇਂ ਪਾਤਸ਼ਾਹ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਪੂਰੇ ਦੇਸ਼ ਦੇ ਵਿੱਚ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਜੇ ਸਾਲ 400 ਬਰੇ ਪੂਰੇ ਹੋਣ ਤੇ ਕੇਂਦਰ ਸਰਕਾਰ ਵੱਲੋਂ ਨਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਵੱਡੇ ਪੱਧਰ ਤੇ ਮਨਾਉਣ ਦਾ ਐਲਾਨ ਕੀਤਾ ਗਿਆ ਇਸ ਨੂੰ ਲੈ ਕੇ ਲਾਲ ਕਿਲੇ ਤੇ ਸਮਾਰੋਹ ਯੋਜਿਤ ਕੀਤੇ ਜਾਣਗੇ ਇਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯਾਦਗਾਰੀ ਸਿੱਕਾ ਤੇ ਮੋਹਰ ਜਾਰੀ ਕੀਤੀ ਜਾਵੇਗੀ ਪ੍ਰਕਾਸ਼ ਪੂਰਵ 21 April ਨੂੰ ਆਰਿਆ ਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਲੈ ਕੇ ਲਾਲ ਕਿਲੇ ਤੇ 20 ਅਤੇ 21 ਅਪ੍ਰੈਲ ਨੂੰ ਦੋ ਦਿਨਾਂ ਦਾ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ। ਟੋਲ ਪਲਾਜ਼ੇ ਤੇ ਟਰੱਕ ਡਰਾਈਵਰ ਦੇ ਖਾਤੇ ਚੋਂ ਕੱਟੇ ਗਏ 43 ਲੱਖ ਰੁਪਏ ਵਾਪਸ ਦੇਣ ਤੋਂ ਕੀਤਾ ਇਨਕਾਰ ਟੋਲ ਪਲਾਜ਼ੇ ਵਾਲਿਆਂ ਨੇ। ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਟੋਲ ਰੋਡ ਤੋਂ ਵਾਰ-ਵਾਰ ਲੰਘਣ ਦੇ ਇੱਕ ਟਰੱਕ ਡਰਾਈਵਰ ਦੇ ਖਾਤੇ ਚੋਂ ਕਰੀਬ 43 ਲੱਖ ਰੁਪਏ ਦੀ ਰਕਮ ਕੱਟੀ ਗਈ ਹੈ ਜਿ세ਹੇ ਟਰਾਂਸਪੋਰਟ ਏਜੰਸੀ ਦੀ ਗਲਤੀ ਕਾਰਨ ਹੋਇਆ ਜਦੋਂ ਟਰੱਕ ਡਰਾਈਵਰ ਨੇ ਆਪਣੇ ਪੈਸੇ ਵਾਪਸ ਮੰਗੇ। ਤਾਂ ਉਸ ਨੂੰ ਖਾਤੇ ਦੇ ਵਿੱਚ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਕ੍ਰੈਡਿਟ ਨੋਟ ਲੈਣ ਦੇ ਲਈ ਕਿਹਾ ਦਰਅਸਲ ਮਾਮਲਾ ਆਸਟ੍ਰੇਲੀਆ ਦਾ ਜਿੱਥੇ ਨਿਊ ਸਾਊਥ ਵੈਲਸ ਦੇ ਵਿੱਚ ਟੋਲ ਰੋਡ ਤੋਂ ਲੰਘਣ ਵਾਲੇ ਦੇ ਖਾਤੇ 'ਚ 75000 ਰੁਪਏ ਕਾਟੇ ਜਾਂਦੇ ਸੀ ਤੇ ਇੱਕ ਵਾਰ 'ਚ 13 ਲੱਖ ਰੁਪਏ ਵਸੂਲੇ ਗਏ ਖਬਰ ਪੰਜਾਬ ਤੋਂ ਜਿੱਥੇ ਨਿੱਜੀ ਸਕੂਲਾਂ ਨੂੰ ਭਗਵੰਤ ਮਾਨ ਦੇ ਫੈਸਲੇ ਨੂੰ ਮੰਨਣ ਤੋਂ ਕੀਤਾ ਅੰਕਾਰ 6000 ਤੋਂ ਜ਼ਿਆਦਾ ਨਿੱਜੀ ਸਕੂਲਾਂ ਨੂੰ ਫੀਸਾਂ ਨਾ ਵਧਾਉਣ ਦੇ ਫਰਮਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤਾ ਸੀ ਜਿਸ ਨੂੰ ਮੰਨਣ ਤੋਂ ਪੰਜਾਬ ਦੇ ਨਿੱਜੀ ਸਕੂਲ ਸੰਚਾਲਕਾਂ ਨੇ ਇਨਕਾਰ ਕਰ ਦਿੱਤਾ ਸਕੂਲ ਸੰਚਾਲਕਾਂ ਦਾ ਕਹਿਣਾ ਹੈ ਕਿ ਹਰ ਸਾਲ ਵੱਧ ਤੋਂ ਵੱਧ 8% ਦੀ ਫੀਸ ਵਧਾਉਣਾ ਉਹਨਾਂ ਦਾ ਅਧਿਕਾਰ ਹੈ ਪੰਜਾਬੀਆਂ ਨੂੰ ਪੁੱਛ ਕੇ ਸ਼ਰਾਬ ਵਿੱਚ ਕੀ ਭਗਵੰਤ ਮਾਨ ਸਰਕਾਰ ਜੇਕਰ ਤੁਸੀਂ ਮੋਬਾਈਲ ਨੰਬਰ 9875961611 ਤੇ ਪੇਸ਼ ਸਕਦੇ ਹੋ ਵਿਚਾਰ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਸ਼ਰਾਬ ਦੀ ਵਿਕਰੀ ਤੇ ਕੀਮਤਾਂ ਕਰਨ ਦੀ ਜ਼ਿੰਮੇਵਾਰੀ ਪੰਜਾਬੀਆਂ ਦੇ ਛੱਡ ਦਿੱਤੀ ਹੈ 1 ਜੁਲਾਈ ਤੋਂ ਲਾਗੂ ਹੋਣ ਵਾਲੇ ਵਿੱਤੀ ਸਾਲ 22-23 ਲਈ ਆਪਕਾਰੀ ਨੀਤੀ ਬਣਾਉਂਦੇ ਹੋਏ ਆਮ ਲੋਕਾਂ ਤੋਂ ਇਲਾਵਾ ਸਬੰਧਤ ਹਿੱਸੇਦਾਰਾਂ ਤੋਂ ਸੁਝਾਅ ਮੰਗੇ ਗਏ ਹਨ 15 ਦਿਨਾਂ ਦੇ ਵਿੱਚ ਈਮੇਲ ਅਤੇ ਫੋਨ ਦੇ ਰਾਹੀਂ ਸੁਝਾਅ ਦਿੱਤੇ ਜਾ ਸਕਦੇ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਆਈ ਇੱਕ ਹੋਰ ਬੁਰੀ ਖ਼ਬਰ ਦੇਖਦੇ ਹੀ ਦੇਖਤੇ 9 ਰੁਪਏ ਤੇ 20 ਪੈਸੇ ਦਾ ਵਾਅਦਾ ਹੋ ਗਿਆ ਦੀ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਉੱਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ ਮੰਗਲਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80 ਪੈਸੇ ਪ੍ਰਤੀ ਲੀਟਰ ਦਾ ਵਾਅਦਾ ਹੋਇਆ ਹੈ ਕੰਪਨੀਆਂ ਉਦੋਂ ਤੱਕ ਈਦਨ ਦੀਆਂ ਕੀਮਤਾਂ ਵਧਾ ਸਕਦੀਆਂ ਨੇ ਜਦੋਂ ਤੱਕ ਉਹਨਾਂ ਦਾ ਨੁਕਸਾਨ ਪੂਰਾ ਨਹੀਂ ਹੁੰਦਾ ਹੁਣ ਤੱਕ 9 ਰੁਪਏ 20 ਪੈਸੇ ਦਾ ਵਾਅਦਾ ਪਿਛਲੇ ਕੁਝ ਦਿਨਾਂ ਚ ਹੀ ਹੋ ਗਿਆ ਹੈ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਭਾਰਤ ਦੇ ਸਾਹਮਣੇ ਖੜਾ ਹੈ ਨਵਾਂ ਬਿਜਲੀ ਸੰਕਟ ਬਿਜਲੀ regulator ਨੂੰ 13 ਸਾਲਾਂ ਬਾਅਦ ਦੇਣਾ ਪਿਆ ਧਕਲ ਭਾਰਤ ਦੇ ਲੋਕਾਂ ਨੂੰ ਬਿਜਲੀ ਲਈ ਨਵੇਂ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਉੱਤਰੀ ਭਾਰਤ ਵਿੱਚ ਚੱਲਦੇ ਹੋਏ ਵੱਧਦੇ ਹੋਏ ਤਾਪਮਾਨ ਦੇ ਕਾਰਨ ਮਾਰਚ ਦੇ ਮੱਧ ਤੋਂ ਸਪਲਾਈ ਮੰਗ ਦੇ ਫਰਕ ਵਿੱਚ ਅਚਾਨਕ ਵਾਧੇ ਦੇ ਨਾਲ ਬਿਜਲੀ ਵੰਡਣ ਵਾਲੀਆਂ ਐਕਸਚੇਂਜਾਂ ਦੇ ਕਾਰੋਬਾਰ ਕਰਨ ਵਾਲਿਆਂ ਹਾਜ਼ਰ ਬਿਜਲੀ ਦੀਆਂ ਕੀਮਤਾ ਸਮਾਨ ਨੂੰ ਛੂਗੀਆਂ ਨੇ ਇਸ ਕਾਰਨ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਨੋਟਿਸ ਲੈਂਦੇ ਹੋਏ ਐਕਸਚੇਂਜ ਕੀਮਤਾਂ ਦੇ ਦਖਲ ਦਿੱਤਾ ਹੈ ਬਿਜਲੀ ਵੰਡ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕਰਕੇ ਐਕਸਚੇਂਜ ਤੇ ਕੀਮਤ ਕੰਟਰੋਲ ਕਰਨ ਲਈ ਕਿਹਾ 13 ਸਾਲਾਂ ਬਾਅਦ ਇਸ ਤਰ੍ਹਾਂ ਦਾ ਸੰਕਟ ਪੈਦਾ ਹੋ ਗਿਆ। ਅਕਸਤੇਜਾਂ ਨੂੰ ਕੈਪ ਘਟਾਇਆ ਗਿਆ ਐ ਸੋ 20 ਰੁਪਏ ਪ੍ਰਤੀ ਜੁੰਟ ਘਟਾ ਕੇ 12 ਰੁਪਏ ਕਰ ਦਿੱਤੀ ਗਈ ਹੈ। ਲਹਿਰਾ ਗੰਗਾ ਤੋਂ ਆਪ ਵਿਧਾਇਕ ਨੂੰ ਮਿਲੀ ਧਮਕੀ ਦੋਚੀ ਬੋਲਿਆ ਦੋ ਦਿਨਾਂ ਦੇ ਵਿੱਚ ਮਾਰਾਂਗੇ ਗੋਲੀ। ਲਹਿਰਾ ਗੰਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਰਿੰਦਰ ਗੁਰੂ ਨੂੰ ਜਾਨ ਤੋਂ ਮਾਰਨ ਦੀ ਧਮਕੀ ਆ ਰਾਤ ਨੂੰ ਕਿਸੇ ਨੇ ਫੋਨ ਤੇ ਉਹਨਾਂ ਨੂੰ ਗਾਲਾਂ ਕੱਢੀਆਂ ਬਾਅਦ ਵਿੱਚ ਧਮਕਾਇਆ ਤੇ ਗੋਲੀ ਮਾਰਿਆ ਵਿਧਾਇਕ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਕੀਤੀ ਧਮਕੀ ਦੇਣ ਵਾਲੇ ਮੋਬਾਈਲ ਨੰਬਰ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੰਜਾਬ ਰੋਡਵੇ ਅਤੇ ਪੰਨ ਬੱਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ ਪੰਜਾਬ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਵੇਗਾ ਜੀ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਹੈ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਸਮੱਸਿਆ ਹੈ ਪਰ ਉਹਦਾ ਕੋਈ ਹੱਲ ਨਹੀਂ ਹੋ ਰਿਹਾ ਅਸੀਂ 2007 ਤੋਂ ਆਊਟਸੋਰਸ ਤੇ ਕੰਮ ਕਰ ਰਹੇ ਹਾਂ ਪਰ ਅਜੇ ਤੱਕ ਪੱਕੇ ਨਹੀਂ ਕੀਤੇ ਗਿਆ ਕਸ਼ੇ ਮਲਾਜਮਾਂ ਨੇ ਕਿਹਾ ਕਿ ਸਾਡੇ ਟੈਸਟ ਲੱਗੇ ਸਾਨੂੰ ਠੋਸ ਨੰਬਰ ਮਿਲੇ ਪਰ ਰੈਗੂਲਰ ਨਹੀਂ ਕੀਤਾ ਗਿਆ ਇਸ ਲਈ ਅਸੀਂ ਦਰਨੇ ਮੁਜ਼ਾਰੇ ਕਰਨ ਲਈ ਮਜਬੂਰ ਹਾਂ ਬਸਾਂ ਦੇ ਵਿੱਚ 52 ਤੋਂ ਵੱਧ ਸਵਾਰੀਆਂ ਨੂੰ ਚੜਾਇਆ ਜਾਂਦਾ ਹੈ ਜਿਨ੍ਹਾਂ ਦੇ ਵਿੱਚ 100 ਤੋਂ ਵੱਧ ਸਵਾਰੀ ਜਾਂਦੀ ਜੇਕਰ ਕੋਈ ਸਵਾਰੀ ਨਹੀਂ ਚੁੱਕਦੇ ਤਾਂ ਸਾਡੇ ਤੇ ਕਾਰਵਾਈ ਹੁੰਦੀ ਹੈ ਬਿਕਰਮ ਮਜੀਠੀਆ ਨੂੰ ਝਟਕਾ ਜੇ ਹੋਰ ਖਾਣੀਆਂ ਪੈਣਗੀਆਂ ਜੇਲ੍ਹ ਦੀਆਂ ਰੋਟੀਆਂ ਸੋਏ ਵੀ ਵੱਡੀ ਖਬਰ ਹੈ ਜਿਉਂਡਿਸ਼ੀਅਲ ਰਿਮਾਂਡ 14 ਦਿਨਾਂ ਦਾ ਵਦਾ ਦਿੱਤਾ ਹੈ ਕਾਫੀ ਸਮੇਂ ਤੋਂ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਜ਼ਮਾਨਤ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਪਰ ਕੋਈ ਰਾਹਤ ਨਹੀਂ ਮਿਲੀ ਫੌਜ ਵਿੱਚ ਭਰਤੀ ਦੇ ਚਾਹਵਾਨਾਂ ਨੂੰ ਪ੍ਰੇਰਿਤ ਕਰਨ ਲਈ ਰਾਜਸਥਾਨ ਤੋਂ ਦਿੱਲੀ ਤੱਕ ਦੌੜਿਆ ਨੌਜਵਾਨ ਪੰਜਾਬ ਸਰਕਾਰ ਦੇ ਵੱਲੋਂ ਫੌਜ ਦੇ ਵਿੱਚ ਭਰਤੀ ਹੋਣ ਵਾਲੇ ਯੁਵਕਾਂ ਦੇ ਫਿਜ਼ੀਕਲ ਟੈਸਟ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਸੀਪਾਇਟ ਕੈਂਪ ਹਕੂਮਤ ਸਿੰਘ ਵਾਲਾ ਫਰੂਜ਼ਪੁਰ ਵਿੱਚ ਫੌਜੂ भर्ती ਹੋਣ ਵਾਲੇ ਚਾਹਵਾਨ ਯੁਵਕਾਂ ਨੂੰ ਸਾਲ 2022-23 ਦੌਰਾਨ ਆਉਣ ਵਾਲੀਆਂ ਸੰਭਾਵਿਤ ਫੌਜ ਦੀਆਂ ਪਰਤੀਆਂ ਦੀ ਰੈਲੀ ਲਈ ਫਿਜ਼ੀਕਲ ਟੈਸਟ ਅਤੇ ਲਿਖਤੀ ਟੈਸਟਾਂ ਦੀ ਮੁਫਤ ਸਖਲਾਈ ਦਿੱਤੀ ਜਾਵੇਗੀ ਵਿਧਾਇਕ ਹਲਕਾ ਲਹਿਰਾਗਾਗਾ ਤੋਂ ਆਪ ਵਿਧਾਇਕ ਨੂੰ ਗੋਲੀ ਮਾਰਨ ਦੀ ਧਮਕੀ ਦੇਣ ਵਾਲਾ ਆਇਆ ਪੁਲਸ ਅੜਿੱਕੇ ਡੀਐਸਪੀ ਮਨੋਜ ਗੋਰਸੀ ਨੇ ਦੱਸਿਆ ਕਿ ਵਿਧਾਇਕ ਨੂੰ ਧਮਕੀ ਦੇਣ ਦੇ ਮਾਮਲੇ ਵੱਲੋਂ ਪੁਲਿਸ ਤੋਂ ਪੂਰੀ ਸੰਜੀਦਗੀ ਨਾਲ ਲਿਆ ਗਿਆ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਬੀਤੀ ਰਾਤ ਸੰਗਰੂਰ ਤੋਂ ਕਾਬੂ ਕਰਕੇ ਸਫਲਤਾ ਹਾਸਲ ਕਰ ਲਈਏ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੋਲਜਮ ਰੈਡੀਸਨ ਹੈਲਥ케ਅਰ ਬਿਊਟੀ ਪ੍ਰੋਡਕਟ ਵੇਚਣ ਦਾ ਕੰਮ ਕਰਦਾ ਜੋ ਕਿ 8 ਸਾਲ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਲੈ ਚੁੱਕਾ ਇਕੱਲਾ ਰਹਿੰਦਾ ਹੈ ਤੇ ਦੋਚੀ ਵਾਸੋਂ ਹੋੜਡੁੰਗਾਈ ਨਾਲ ਪੁੱਛਗਿੱਛ ਕੀਤੀ ਗਈ ਹੈ ਤੇ ਹਾਲੇ ਤੱਕ ਕੋਈ ਖਾਸ ਗੱਲ ਸਾਹਮਣੇ ਨਹੀਂ ਆਈ। ED ਦੇ ਵੱਲੋਂ ਵੱਡੀ ਕਾਰਵਾਈ ਹ ਸਤਿੰਦਰ ਜੈਨ ਦੇ ਪਰਿਵਾਰ ਅਤੇ ਸੰਜੇ ਰਾਉਤ ਦੀ ਪਤਨੀ ਤੇ ਕਰੋੜਾਂ ਦੀ ਜਾਇਦਾਦ ਕੁਰਕ ਕਰ ਲਈ ਗਈ ਹੈ ਜੀ ਸਤਿੰਦਰ ਜੈਨ ਦੇ ਪਰਿਵਾਰ ਅਤੇ ਸੰਜੇ ਰਾਉਤ ਦੀ ਪਤਨੀ ਦੀ ਕਰੋੜਾਂ ਦੀ ਜਾਇਦਾਦ ਕੁਰਕ ਕਰ ਲਈ ਗਈ ਹੈ ਵੱਖ-ਵੱਖ ਮਾਮਲਿਆਂ ਨੇ ਇੱਕ ਕੇਸ ਸ਼ਿਵ ਸੈਨਾ ਅਗੂ ਸੰਜੇ ਰਾਉਤ ਦੀ ਪਤਨੀ ਨਾਲ ਸੰਬੰਧਿਤ ਜਦ ਕਿ ਦੂਜਾ ਅਗੂ ਆਮ ਆਦਮੀ ਪਾਰਟੀ ਦੇ ਅਗੂ ਸਤਿੰਦਰ ਜੈਨ ਦੇ ਪਰਿਵਾਰ ਨਾਲ ਸੰਬੰਧਿਤ ਹੈ 11 ਕਰੋੜ ਰੁਪਏ ਦੀ ਜ਼ਮੀਨ ਜਾਇਦਾਦ ਜਿਹੜੀ ਇਹਨਾਂ ਦੀ ਚੱਕ ਲਈ ਗਈ ਹੈ ਇਸ ਮਾਮਲੇ ਦੇ ਵਿੱਚ ਸੰਜੇ ਰਾਉਤ ਦੇ ਦੋਸਤ ਪ੍ਰਵੀਨ ਰਾਉਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਮਾਝੇ ਦੇ ਕਾਂਗਰਸੀ ਵਿਧਾਇਕਾਂ ਰੰਦਾਵਾ ਬਾਦਵਾ ਦੇ ਪਹਾੜਾ ਵੱਲੋਂ ਐ ਮੀਟਿੰਗ ਉਲੀਕੀ ਭਵਿੱਖ ਦੀ ਰਣਨੀਤੀ। ਹੋਰਾਂ ਨੂੰ ਮਨਾ ਕਰ ਖੁੱਦ ਰੂਸ ਤੋਂ ਭਾਰੀ ਮਾਤਰਾ 'ਚ ਤੇਲ ਖਰੀਦ ਰਿਹਾ ਅਮਰੀਕਾ ਸੋ ਰੂਸ ਦੇ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਇੱਕ ਪਾਸੇ ਤਾਂ ਰੂਸ ਨੂੰ ਵੱਡੀ ਮਾਤਰਾ 'ਚ ਤੇਲ ਖਰੀਦ ਕੇ ਆਪਣੇ ਤੇਲ ਭੰਡਾਰ ਨੂੰ ਉਧਾਰਿਆ ਤੇ ਦੂਜੇ ਪਾਸੇ ਯੂਕਰੇਨ ਤੇ ਰੂਸੀ ਹਮਲੇ ਦਾ ਹਵਾਲਾ ਦਿੰਦੇ ਹੋਏ ਦੂਜੇ ਮੁਲਕਾਂ ਨੂੰ ਦਬਾਅ ਬਣਾ ਰਿਹਾ ਹੈ ਕਿ ਰੂਸ ਤੋਂ ਤੇਲ ਨਾ ਖਰੀਦੋ ਰੂਸੀ ਸੁਰੱਖਿਆ ਕੌਂਸਲ ਉਪਸਖਤਰ ਮਿਖਾਇਲ ਪੋਵੇ ਨੇ ਅੰਤਵਾਰ ਨੂੰ ਰੂਸੀ ਮੀਡੀਆ ਨੂੰ ਦੱਸਿਆ ਕਿ ਰੂਸ ਨੇ ਅਮਰੀਕਾ ਤੋਂ ਕੱਚੇ ਤੇਲ ਦੀ ਖਰੀਦਦਾਰੀ ਵਿੱਚ ਇੱਕ ਹਫ਼ਤੇ ਜੂ 43% ਦਾ ਵਾਅਦਾ ਕਰ ਦਿੱਤਾ ਹੈ। ਨਿਤ 100 ਹਜ਼ਾਰ ਬੈਰਲ ਕੱਚਾ ਤੇਲ ਜ਼ਿਆਦਾ ਖਰੀਦਿਆ ਜਾ ਰਿਹਾ ਹੈ। ਪਰ ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਹੈ ਕਿ ਬਾਕੀ ਦੇਸ਼ ਰੂਸ ਤੋਂ ਤੇਲ ਨਾ ਲੈਣ ਪਰ ਅਮਰੀਕਾ ਆਪਣਾ ਘਰ ਤੇਲ ਲੈ ਲੈ ਕੇ ਭਰ ਰਿਹਾ ਹੈ ਸਿੱਖਿਆ ਮੰਤਰੀ ਦੀ ਰਹਿਸ਼ ਦੇ ਘਰਾਓ ਕਰਨ ਵਾਲੇ ਅਧਿਆਪਕਾਂ ਤੇ ਕਾਰਵਾਈ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕੈਨੇਡਾ ਦਾ ਪਾਸਪੋਰਟ ਨਵਿਆਉਣਾ ਹੋਇਆ ਔਖਾ ਕਿਉਂਕਿ ਹੁਣ پابੰਦੀਆਂ ਲੱਗ ਗਈਆਂ ਨੇ ਮਸਲਾ ਚੰਦੜੀ ਮਸਲਾ ਚੰਡੀਗੜ੍ਹ ਦਾ ਜਿੱਥੇ ਦੋਹਾਂ ਸੂਬਿਆਂ ਨੂੰ ਆਪਣੀ ਵੱਖਰੀ ਵੱਖਰੀ ਰਾਜਸਤਾਨੀ ਬਦਾਉਂ ਦੇ ਲਈ ਕੇਂਦਰ ਸਰਕਾਰ 20 2000 ਕਰੋੜ ਰੁਪਏ ਦੇਵੇ ਸੁਸ਼ੀਲ ਗੁਪਤਾ ਨੇ ਵੱਡਾ ਬਿਆਨ ਦਿੱਤਾ ਹੈ ਚੰਡੀਗੜ੍ਹ ਤੇ ਹਰਿਆਣਾ ਦਾ ਹੱਕ ਹੈ ਪੰਜਾਬ ਨੂੰ ਆਪਣਾ ਹੱਕ ਮੰਗ ਰਿਹਾ ਹਰਿਆਣਾ ਵੀ ਆਪਣਾ ਹੱਕ ਮੰਗ ਰਿਹਾ ਦੂਜੇ ਪਾਸੇ ਆਮ ਆਦਮੀ ਪਾਰਟੀ ਐਸਵਾਈਐਲ ਦੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰੇਗੀ ਆਪ ਦੇ ਰਾਜ ਸਭਾ ਮੈਂਬਰ ਅਤੇ ਹਰਿਆਣਾ ਦੇ ਇੰਜਾਰਜ ਸੁਸ਼ੀਲ ਗੁਪਤਾ ਨੇ ਇਹ ਗੱਲਾਂ ਨਾਜਮੰਡੀ ਵਿੱਚ ਇੱਕ ਪ੍ਰੋਗਰਾਮ 'ਚ ਕੀਤੀਆਂ ਸੰਸਦ ਦੇ ਵਿੱਚ ਅਮਿਤ ਸ਼ਾਹ ਨੇ ਕਿਹਾ ਮੈਂ ਕਦੀ ਕਿਸੇ ਨੂੰ ਨਹੀਂ ਡਾਂਡਦਾ ਗੁੱਸਾ ਵੀ ਨਹੀਂ ਕਰਦਾ ਹਰਪਾਲ ਜੀਮਾ ਵੱਲੋਂ ਗੰਨਾ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਟਾਸਕ ਫੋਰਸ ਦੇ ਗਠਨ ਦਾ ਐਲਾਨ ਜ਼ਿਆਦਾਤਰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਗੰਨਾ ਕਾਸ਼ਤ ਕਰਨ ਦੀ ਆਮਦਨ ਵਿੱਚ ਵਾਧਾ ਕਰਨ ਲਈ ਪ੍ਰਤੀ ਏਕੜ ਗੰਨੇ ਦਾ ਝਾੜ ਵਧਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ 슈ਗਰ ਕੇਨ ਬਰੀਡਿੰਗ ਇੰਸਟੀਚਿਊਟ ਕੋਇੰਟ ਬੂਟਰ ਅਤੇ ਦੇਸ਼ ਦੀ ਪ੍ਰਸਿੱਧ ਪ੍ਰਦੇਸ਼ ਪਧਰੀ ਗੰਨਾ ਮਹਾਰਾ ਵੱਲੋਂ 슈ਗਰ ਫੈੱਡ ਪੰਜਾਬ ਦੇ ਨੁਮਾਇੰਦੇ ਸ਼ਾਮਲ ਕਰਕੇ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ। ਨਵੀਂ ਮੁਸੀਬਤ ਦੇ ਵਿੱਚ ਫਸੇ ਭਾਜਪਾ ਲੀਡਰ ਤਜेंद्रਪਾਲ ਬੱਗਾ ਪੰਜਾਬ ਚ ਐਫਆਈਆਰ ਦਰਜ। ਪੰਜਾਬ ਪੁਲਿਸ ਵੱਲੋਂ ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਰੋਡ ਸੇਫਟੀ ਡਰਾਈਵ ਦੀ ਸ਼ੁਰੂਆਤ। ਐਸਐਸਪੀ ਨੂੰ ਬਦਨਾਮ ਕਰਨ ਦੇ ਦੋਸ਼ਾਂ 'ਚੋ ਚੈਨਲ ਦੇ ਮਾਲਕ ਵਿਰੁੱਧ ਤੇ ਸੰਪਾਦਕ ਵਿਰੁੱਧ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜੀਐਸਡੀਪੀਸੀ ਦੇ ਖਿਲਾਫ ਝੂਠਾ ਪ੍ਰਚਾਰ ਕਰਨ ਦੇ ਦੋਸ਼ਾਂ ਚਐਸਡੀਪੀਸੀ ਮੈਂਬਰਾਂ ਵੱਲੋਂ ਸੰਪਾਦਕ ਅਤੇ ਇੱਕ ਚੈਨਲ ਦੇ ਮਾਲਕ ਖਿਲਾਫ ਕਾਰਵਾਈ ਕਰਨ ਦੀ ਬਰਨਾਲਾਚੂ ਮੰਗ ਪੱਤਰ ਦੇ ਦਿੱਤਾ ਗਿਆ ਹੈ ਦੋਸਤੋ ਇਹ ਸੰਸੂਬੇ ਪੰਜਾਬ ਦੀ ਆਮ ਅਤੇ